ਇਸ ਨਾਲ ਕਿ ਬੰਦਾ ਹਰ ਇੱਕ ਮਰਦ ਨਹੀਂ ਹੋ ਸਕਦਾ, ਮਰਦਾਂ ਦੀ ਅਣਖ ਪਹਿਚਾਣ ਹੈ, ਹਰ ਬੰਦਾ ਇੱਕੋ ਜਿਹਾ ਨਹੀਂ ਹੋ ਸਕਦਾ, ਬੰਦਾ ਹਰ ਇੱਕ ਮਰਦ ਨਹੀਂ ਹੋ ਸਕਦਾ, ਮਰਦਾਂ ਦੀ ਗੱਲ ਆਉਂਦੀ ਪਈ, ਬੰਦਾ ਹਰ ਇੱਕ ਮਰਦ ਨਹੀਂ ਹੋ ਸਕਦਾ, ਮਰਦਾਂ ਦੀ ਅਣਖ ਪਹਿਚਾਣ ਹੈ, ਜਿਹਦੇ ਦਿਲ ਵਿੱਚ ਲਾਲਚ ਨਾ ਹੋਵੇ ਉਸ ਬਸ਼ਰ ਨੂੰ ਕਿਹੜੀ ਕਾਣ ਹੈ। ਔਰ ਦੋਸਤੋ ਗੱਲ ਚਦਣ ਵੀ ਆਵੇ ਗੈਰਤੀ ਜੰਮ ਰਿਆ ਲਿਓ, ਗੱਲ ਚਦਣ ਵੀ ਆਵੇ ਗੈਰਤੀ ਸੀਨਾ ਕਾਸਿਮ ਦੇ ਵੀ ਇਹ ਤਾਣ ਹੈ, ਉਹ ਰੱਖਾ ਵਾਂਗ ਜੇ ਬਰੀਏ ਪੇਟ ਦੇ ਵਿੱਚ ਤਾਂ ਸਾਰਾ ਮੁਲਕ ਮੁਕਾ। ਹੁਣ ਜਿਹੜੇ ਸ਼ਹਿਰ ਨੂੰ ਮੈਂ ਦਫ਼ਤੇ ਸੁਖਣ ਦੇ ਰਿਹਾ, ਬਹੁਤ ਹੀ ਅੱਛੇ ਲਿਖਾਰੀ, ਭਰਪੂਰ ਤਾੜੀਆਂ ਦੀ ਗੂੰਜ ਚ ਤਸ਼ਰੀਫ ਲਿਓ, ਸਿੰਘ ਅੱਛੀ ਸੋਚ ਅੱਛਾ ਖਿਆਲ, ਜਨਾਬੇ ਮੋਹਤਰਮ ਤੁਹਾਡੀ ਭਰਪੂਰ ਤਾੜੀਆਂ ਦੀ ਗੂੰਜ ਚ ਮਲਕ ਸ਼ਰਾਜ ਬੱਟੂ ਸਾਹਿਬ, ਮਲਕ ਸ਼ਰਾਜ ਬੱਟੂ ਸਾਹਿਬ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਦੋਸਤੋ ਹੁਣ ਗੁਜ਼ਾਰਿਸ਼ ਇਹ ਹੈ ਸਟੇਜ ਵਾਲਿਆਂ ਦੋਸਤਾਂ ਵਾਸਤੇ ਵੀ ਅਤੇ ਸਾਮੀਨ ਵਾਸਤੇ ਵੀ, ਦੋ ਚਾਰ ਮਿੰਟ ਵਜੋ, ਬਿਲਕੁਲ ਮੇਰੀ ਮੁਕਤਸਰ ਦੀ ਹਾਜ਼ਰੀ ਹੁੰਦੀ, ਮੈਂ ਬਿਲਾ ਵਜ੍ਹਾ ਸਟੇਜ ਨੂੰ ਬਿਲਕੁਲ ਨਹੀਂ ਚਿੰਬੜਦਾ, ਕਿਉਂਕਿ ਉਸਤਾਦ ਸ਼ਾਇਰ ਮੌਜੂਦ ਹਨ, ਤੁਸੀਂ ਦੋ ਚਾਰ ਸ਼ੇਰ ਸੁਣੇ ਤੇ ਇਨਸ਼ਾਅੱਲਾ ਮੈਂ ਹਾਜ਼ਰੀ ਲਵੇਸਾਂ ਨੇ ਤਾਂ ਮੇਰੀ ਨੌਕਰੀ ਪੂਰੀ ਹੋ ਜਾਸੀ। ਹੁਕਮ ਭਾਈ ਮੇਰੇ ਭਾਈ ਜਨਾਬੇ ਰਾਸ਼ਿਦ ਅਲੀ ਖਿੱਚੀ ਸਾਹਿਬ ਦਾ, ਔਰ ਜੁਮਲਾ ਸਾਮੇਨ ਜੁਮਲਾ ਹੈ ਜਿਹੜੇ ਆ ਰਹੇ ਨੇ ਇਸ ਮੁਸ਼ਾਇਰੇ ਦੇ ਇਸ ਪ੍ਰੋਗਰਾਮ ਦੇ, ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ। ਕਿਬਲਾ ਜ਼ੈਗਮ ਲੂਣਾ ਸਾਹਿਬ, ਕਿਬਲਾ ਉਸਤਾਦ ਮੁਹਤਰਮ ਡਾਕਟਰ ਬਸ਼ੀਰ ਫੈਜ਼ਸਤੀ ਸਾਹਿਬ, ਮੁਲਾਜ਼ਮ ਕਿਰਪਾਲਵੀ ਸਾਹਿਬ, ਮੰਜ਼ਰ ਡਾਂਗਰਾ ਸਾਹਿਬ, ਸਤਿਆਨਵੀ ਸਾਹਿਬ, ਕਿ ਹਰ ਵੇਲੇ ਰੱਬ ਤੂੰ ਡਰਿਆ ਕਰ, ਉਹਦੇ ਅਮਲ ਖਿਲਾਫ ਨਾ ਹੋਵੇਂ। ਇੱਕ ਵਾਰੀ ਤਾੜੀ ਮਾਰੋ ਨਾ, ਸੁਣਨ ਦਾ ਸਬੂਤ ਦਿਓ ਵੀ ਤੁਸੀਂ ਸੁਣੋ। ਇੰਝ ਤਾਂ ਨਹੀਂ ਨਾ ਯਾਰ, ਸ਼ਾਇਰ ਐਡੇ ਚੰਗੇ ਚੰਗੇ ਸ਼ੇਰ ਸ਼ਾਇਰਾਂ ਦੇ ਪਹੁੰਚਾ ਕੇ ਬੈਠੇ ਹੋਏ ਹੋ, ਮਿਹਰਬਾਨੀ ਦੱਸ ਦਿਓ ਇਹਨਾਂ ਦੋਸਤਾਂ ਨੂੰ। ਯਾਸਿਨ ਕਾਜ਼ਮ, ਕਿ ਹਰ ਵੇਲੇ ਰੱਬ ਤੂੰ ਡਰਿਆ ਕਰ, ਉਹਦੇ ਅਮਲ ਖਿਲਾਫ ਨਾ ਹੋਵੇਂ। ਪੂਰੀ ਜ਼ਿੰਦਗੀ ਭਰ ਸ਼ਾਰਾਜ਼ ਨਹੀਂ ਪਾਉਂਦੀ, ਵਿੱਚੋਂ ਦਿਲ ਜੇ ਸਾਫ ਨਾ ਹੋਵੇਂ। ਔਰ ਕਿਤੇ ਨਾ ਕਰ ਜ਼ੁਲਮ ਰਿਆਇਆ ਤੇ, ਜਿਹੜੇ ਕਦੀ ਵੀ ਮਾਫ ਨਾ ਹੋਵੇਂ। ਅਯੋਧਿਆ ਪੱਖੂ ਵੀ ਬਹੁਣ ਪਸੰਦ ਨਾ ਕਰਦੇ, ਜਿੱਥੇ ਨਿਤ ਇਨਸਾਫ ਨਾ ਹੋਵੇਂ। ਬਹੁਤ ਮਿਹਰਬਾਨੀ, ਸਲਾਮਤ ਰਹੋ ਬਾਈ। ਆਕੇ ਕਿਉਂ ਹਾਂ ਦਾ ਸਾਰਾ ਬਣ ਜਾਂਦਾ ਹੈ, ਜੈਨੂੰ ਰੱਬ ਤੂੰ ਮੰਗੀਏ ਰੋ ਕੇ। ਉਹ ਹਾਂ ਦਾ ਸਾਰਾ ਬਣ ਜਾਂਦਾ ਹੈ, ਜੈਨੂੰ ਰੱਬ ਤੂੰ ਮੰਗੀਏ ਰੋ ਕੇ। ਗੱਟ ਫਕਤ ਸ਼ਰਾਤ ਨਸੀਬ ਵਿੱਚ ਹੁੰਦੇ, ਲੱਖ ਤੁਰੀਏ ਨੀਤਾਂ ਠੋਕੇ। ਔਰ ਹਰ ਕਈ ਤੇ ਵੀ ਸੁਣ ਮੁਨਾਸਿਬ ਨਹੀਂ, ਹਰ ਕਈ ਤੇ ਵੀ ਸੁਣ ਮੁਨਾਸਿਬ ਨਹੀਂ। ਸਾਹਿਬ ਵੇਖਿਆ ਏ ਨੇੜੇ ਹੋ ਕੇ, ਹੋਈ ਦੀ ਆੜ ਚ ਕੰਡ ਲਾ ਲੈਂਦੇ ਬੰਦੇ, ਕੰਡ ਦੇ
ਲੰਗਰ ਖਲੋ ਕੇ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਕਰੀ ਸਾਹਿਬ, ਸਲਾਮਤ ਰਹੋ, ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ। ਮੇਰੇ ਬਹੁਤ ਹੀ ਪਿਆਰੇ ਦੋਸਤ ਨਦੀਮ ਭਾਈ, ਜੇਲਮ ਤੋਂ ਉਹਨਾਂ ਦਾ ਹੁਕਮ ਆਈ ਇੱਕ ਸ਼ੇਰ ਦਾ, ਜਨਾਬੇ ਮਾਰ ਸ਼੍ਰੀ ਸਾਹਿਬ ਮਾਰ ਸਲਮਾਨ ਸ਼੍ਰੀ ਸਾਹਿਬ ਉਹਨਾਂ ਦਾ ਹੁਕਮ ਆਈ ਇੱਕ ਸ਼ੇਰ ਦਾ, ਕਿ ਮੰਦਾ ਕਿਉਂ ਆਖਾਂ ਮੈਂ ਗੁਰਬਤ ਨੂੰ, ਰੱਠ ਵਾਂਗ ਨਿਭਾਈਏ ਗੁਰਬਤ। ਮੰਦਾ ਕਿਉਂ ਆਖਾਂ ਮੈਂ ਗੁਰਬਤ ਨੂੰ, ਰੱਠ ਵਾਂਗ ਨਿਭਾਈਏ ਗੁਰਬਤ। ਕੰਡਾ ਦੁੱਖ ਦਾ ਲੱਗਿਆ ਸਾਰੀ ਜ਼ਿੰਦਗੀ, ਮੇਰੀ ਪੀੜ ਜਣਾਈਏ ਗੁਰਬਤ। ਔਰ ਮੈਂ ਮੁਜਰਮ ਹੋਸਾਂ ਦੇ ਅੱਖਾਂ ਜਿਣ ਪਰਾਈਏ ਗੁਰਬਤ, ਔਰ ਅੱਤੀ ਖਾਬ ਵਿੱਚ ਮੋਇਆ ਸੌ ਰਾਬਤੀ, ਪਹਿਲੇ ਮੂੰਹ ਤੇ ਆਈਏ ਗੁਰਬਤ। ਔਰ ਆਖਿਰ ਤੇ ਮੇਰਾ ਇੱਕ ਸ਼ੇਰ ਹੁੰਦਾ ਹੁਕਮ ਆਈ ਮੇਰੇ ਨਿੱਕੇ ਬਿਰਾ ਅਦਨ ਦਾ, ਕਿ ਹੋਵੇ ਅੱਖ ਚ ਪਰਖ ਤਾਂ ਕਾਲੀ ਰਾਤ, ਚੰਗਾ ਸਜਣ ਦੀ ਸੀਂਦਾ ਰਾਂਦਾ ਏ। ਡੰਗ ਲੋੜ ਚ ਇੱਕ ਵੀ ਖੱਤਿਆ ਹੋਵੇ, ਸਾਰੀ ਉਮਰ ਗਿਣੀਂਦਾ ਰਾਂਦਾ ਏ। ਤੇ ਹੈ ਠੀਕ ਅਖਾਣ ਸਿਆਣਿਆਂ ਦਾ, ਜਰਾਮ ਸੁਣੀਂਦਾ ਰਾਂਦਾ ਏ। ਮੱਛੀ ਇੱਕ ਸ਼ਾਰਾਜ ਖਰਾਬ ਹੋਵੇ, ਸਾਰਾ ਜਾਲ ਪੁਣੀਂਦਾ ਰਾਂਦਾ ਏ। ਬਹੁਤ ਮਿਹਰਬਾਨੀ, ਸਲਾਮਤ ਰਹੋ, ਵਸਦੇ ਰਹੋ। ਆਪਕੀ ਨਜ਼ਰ ਖਿਦਮਤ ਜਨਾਬ ਰਾਏ ਮੁਰਤਜ਼ਾ ਖਰਲ ਸਾਹਿਬ, ਰਾਏ ਬਾਬਰ ਸੁਲਤਾਨ ਖਰਲ ਸਾਹਿਬ, ਅਬਦੁੱਲਾ ਖੋਖਰ ਸਾਹਿਬ ਔਰ ਤਜੰਬਲ ਅਬਾਸ ਖਰਲ ਸਾਹਿਬ, ਇਹਨਾਂ ਨੇ ਇਹ ਮੁਸ਼ਾਇਰੇ ਦਾ ਔਰ ਖਿੱਚੀ ਸਾਹਿਬ ਸਾਰਿਆਂ ਰਲ ਮਿਲ ਕੇ ਨੇ ਇਹ ਸਾਡਾ ਮਾਣ ਅਤੇ ਤਰਾਨ ਵਧਾਇਆ। ਜਨਾਬ ਹੁਣ ਇੱਕ ਮੈਂ ਦੌੜਾ ਇਸੇ ਬਾਬਰ ਸੁਲਤਾਨ ਤੇਰੀ ਨਜ਼ਰ ਕਰਦਾ ਪਿਆ, ਕਿ ਹਰ ਹੁਣੇ ਲਿਖਿਆ ਹਰ ਬਸ਼ਰ ਨਹੀਂ ਤੁਕਲੀ ਬਣ ਸਕਦਾ, ਜਾਂ ਕੀਤੀ ਰੱਠ ਆਚਾਰੀ। ਹੁਣੇ ਲਿਖਿਆ ਫਰਮਾਇਸ਼, ਹਰ ਬਸ਼ਰ ਨਹੀਂ ਤੁਕਲੀ ਬਣ ਸਕਦਾ, ਜਾਂ ਕੀਤੀ ਰੱਠ ਆਚਾਰੀ। ਡੰਗ ਮਰਦਾਂ ਵਾਂਗ ਨਿਭਾਇਆ ਸੂ ਕੀਤੀ ਜਗ ਤੇ ਉਸ ਖੁਦਦਾਰੀ, ਔਰ ਉਸ ਗੈਰਤਮੰਦ ਦਾ ਵਾਕਿਆ ਦੱਸਣਾ, ਉਸ ਗੈਰਤਮੰਦ ਦਾ ਵਾਕਿਆ ਦੱਸਣਾ। ਇੰਜ ਰੱਖੀ ਅਸੂ ਸੋਚ ਮਿਆਰੀ, ਉਸ ਕਾਜ਼ਮ ਤਾਂਦਲੇ ਸ਼ਹਿਰ ਦੇ ਵਿੱਚ ਥਾਣੇਦਾਰ ਨੂੰ ਖੁਰਸੀ ਮਾਰ, ਉਸ ਤਾਂਦਲੇ ਸ਼ਹਿਰ ਵਿੱਚ। ਦੁਬਾਰੇ ਪੜ੍ਹ ਸਕ, ਕਿਉਂ ਨਾ ਪੜ੍ਹ ਸਕ, ਮੈਂ ਹੁਣੇ ਹੀ ਲਿਖਿਆ। ਜਨਾਬ ਰਾਏ ਮੁਰਤਜ਼ਾ ਖਰਲ ਸਾਹਿਬ, ਰਾਏ ਬਾਬਰ ਸੁਲਤਾਨ, ਅਬਦੁੱਲਾ ਖੋਖਰ ਸਾਹਿਬ, ਤਜੰਬਲ ਅਬਾਸ ਖਰਲ ਸਾਹਿਬ, ਕਿ ਹਰ ਬਸ਼ਰ ਨਹੀਂ ਤੁਕਲੀ ਬਣ ਸਕਦਾ, ਹਰ ਬਸ਼ਰ ਨਹੀਂ ਤੁਕਲੀ ਬਣ ਸਕਦਾ, ਜੈ ਕੀਤੀ ਰੱਖ ਆਚਾਰੀ। ਡੰਗ ਮਰਦਾਂ ਵਾਂਗ ਨਿਭਾਇਆ ਸੂ ਕੀਤੀ ਜਗ ਤੇ ਉਸ ਖੁਦਦਾਰੀ, ਔਰ ਉਸ ਗੈਰਤਮੰਦ ਦਾ ਵਾਕਿਆ ਦੱਸਣਾ ਕਿਹੜਾ। ਇੰਜ ਰੱਖੀਏ ਸੂ ਸੋਚ ਮਿਆਰੀ, ਉਸ ਕਾਜ਼ਮ ਤਾਂਦਲੇ ਸ਼ਹਿਰ ਦੇ ਵਿੱਚ ਥਾਣੇਦਾਰ ਨੂੰ ਖੁਰਸੀ ਮਾਰੀ। ਤੇ ਜਨਾਬੇ ਔਰ